प्यारे विद्यार्थियों आज आपा جماعت 10वीं सामाजिक शिक्षा ਦੇ ਪਾਠ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਐਮਸੀਕਿਊਜ਼ ਕਰਾਂਗੇ ਜਿਹੜੇ ਕੀ ਟਰਮ ਵੰਡ ਦੇ ਹਿਸਾਬ ਨਾਲ ਬਹੁਤ ਇੰਪੋਰਟੈਂਟ ਨੇ ਪ੍ਰਸ਼ਨ ਨੰਬਰ 1 ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਰਾਏਪੋਏ ਦੀ ਤਲਵੰਡੀ ਕਿਸ ਜ਼ਿਲ੍ਹੇ ਵਿੱਚ ਸੀ ਆਪਸ਼ਨ ਈ ਸ਼ੇਖੂਪੁਰਾ ਪ੍ਰਸ਼ਨ ਨੰਬਰ 2 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਕਿਸ ਪੱਟੀ ਜਾਗੀਰਦਾਰ ਕੋਲ ਪਟਵਾਰੀ ਸਨ ਆਪਸ਼ਨ ਉੜਾ ਰਾਏ ਬੁਲਾਰ ਪ੍ਰਸ਼ਨ ਨੰਬਰ 3 ਦੇਵਨਾਗਰੀ ਅਤੇ ਗਣਿਤ ਦੀ ਵਿੱਦਿਆ ਪ੍ਰਾਪਤ ਕਰਨ ਲਈ ਗੁਰੂ ਨਾਨਕ ਦੇਵ ਜੀ ਨੂੰ ਕਿਸ ਕੋਲ ਭੇਜਿਆ ਗਿਆ ਆਪਸ਼ਨ ਆੜਾ ਪੰਡਿਤ ਗੋਪਾਲ ਪ੍ਰਸ਼ਨ ਨੰਬਰ 4 ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਕ੍ਰਿਤ ਦੀ ਵਿਦਿਆ ਕਿਸ ਤੋਂ ਪ੍ਰਾਪਤ ਕੀਤੀ ਸੀ ਆਪਸ਼ਨ ਆੜਾ ਪੰਡਿਤ ਬ੍ਰਿਜਲਾਲ ਪ੍ਰਸ਼ਨ ਨੰਬਰ 5 ਫਾਰਸੀ ਪੜਨ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਸ ਕੋਲ ਭੇਜਿਆ ਗਿਆ ਸੀ ਆਪਸ਼ਨ ਉੜਾ ਮਾਲਵੀ ਕੁਤਬ ਉਦੀਨ ਪ੍ਰਸ਼ਨ ਨੰਬਰ 6 ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਹਿਨਾਉਣ ਲਈ ਕਿਸ ਨੂੰ ਬੁਲਾਇਆ ਗਿਆ ਸੀ ਆਪਸ਼ਨ ਈ ਪੰਡਿਤ ਹਰਦਿਆਲ ਨੂੰ ਪ੍ਰਸ਼ਨ ਨੰਬਰ 7 ਨਿੱਤ ਦੇ ਉਲੰਘਮਿਆਂ ਤੋਂ ਤੰਗ ਆ ਕੇ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਕਿਹੜਾ ਕੰਮ ਸੌਂਪਿਆ অপਸ਼ਨ ਸਾ ਖੇਤੀ ਕਰਨ ਦਾ ਪ੍ਰਸ਼ਨ ਨੰਬਰ 8 ਜੈ ਰਾਮ ਕੌਣ ਸੀ অপਸ਼ਨ ਸਾ ਉਪਰੋਕਤ ਸਾਰੇ ਕਿਉਂਕਿ ਬੇਟੇ ਉਹ ਮਹਿਤਾ ਕਾਲੂ ਜੀ ਦੇ ਜਵਾਈ ਬੀਬੀ ਨਾਨਕੀ ਦੇ ਪਤੀ ਅਤੇ ਗੁਰੂ ਨਾਨਕ ਦੇਵ ਜੀ ਦੇ ਪਣਵਾਈਏ ਸਨ ਪ੍ਰਸ਼ਨ ਨੰਬਰ 9 ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ ਆਪਸ਼ਨ ਅ 1499 ਈਸਵੀ ਪ੍ਰਸ਼ਨ ਨੰਬਰ 10 ਭਾਈ ਮਰਦਾਨਾ ਜੀ ਕੌਣ ਸੀ ਆਪਸ਼ਨ ੜਾ ਗੁਰੂ ਨਾਨਕ ਦੇਵ ਜੀ ਦਾ ਰਬਾਬੀ ਪ੍ਰਸ਼ਨ ਨੰਬਰ 11 ਸੈਦਪੁਰ ਦਾ ਦੂਜਾ ਨਾਮ ਕੀ ਹੈ ਆਪਸ਼ਨ ਸਾ ਅੰਮਨਬਾਦ ਪ੍ਰਸ਼ਨ ਨੰਬਰ 12 ਸੱਜਣ ਠੱਗ ਨਾਲ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੋਈ অপਸ਼ਨ ਅੜਾ ਤਾਲੁੰਬਾ ਪ੍ਰਸ਼ਨ ਨੰਬਰ 13 ਗੁਰੂ ਜੀ ਨੇ ਲੋਕਾਂ ਨੂੰ ਸੁਰਜਵਲਮੂ ਕਰਕੇ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਹੋਏ ਕਿੱਥੇ ਦੇਖਿਆ অপਸ਼ਨ ਊੜਾ ਹਰੀਦਵਾਰ ਪ੍ਰਸ਼ਨ ਨੰਬਰ 14 ਬਨਾਰਸ ਵਿਖੇ ਗੁਰੂ ਜੀ ਦੀ ਮੁਲਾਕਾਤ ਕਿਸ ਨਾਲ ਹੋਈ অপਸ਼ਨ ਈੜੀ ਪੰਡਿਤ ਚਤਰਦਾਸ ਨਾਲ ਪ੍ਰਸ਼ਨ ਨੰਬਰ 15 ਗੁਰੂ ਨਾਨਕ ਦੇਵ ਜੀ ਨੇ ਸੱਚੀ ਸੁੰਦਰਤਾ ਅਤੇ ਉੱਚੇ ਚਰਿੱਤਰ ਦਾ ਉਪਦੇਸ਼ ਕਿਸ ਨੂੰ ਦਿੱਤਾ ਆਪਸ਼ਨ ਅ ਡਾ ਜਾਦੂਗਰਨੀ ਨੂਰ ਸ਼ਾਹ ਨੂੰ ਪ੍ਰਸ਼ਨ ਨੰਬਰ 16 ਰਾਜਾ ਸ਼ਿਵਨਾਬ ਜਾਂ ਸ਼ਿਵਨਾਬ ਕਿੱਥੋਂ ਦਾ ਰਹਿਣ ਵਾਲਾ ਸੀ ਆਪਸ਼ਨ ਅ ਡਾ ਸ਼੍ਰੀਲੰਕਾ ਦਾ ਪ੍ਰਸ਼ਨ ਨੰਬਰ 17 ਪੀਰ ਬੁੱਢਣ ਸ਼ਾ ਨਾਲ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੋਈ ਆਪਸ਼ਨ ੳ ਹਿਮਾਚਲ ਪ੍ਰਦੇਸ਼ ਵਿੱਚ ਪ੍ਰਸ਼ਨ ਨੰਬਰ 18 ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਸਰੀ ਉਦਾਸੀ ਕਦੋਂ ਸ਼ੁਰੂ ਕੀਤੀ ਆਪਸ਼ਨ ੳ 1515 ਈਸਵੀ ਵਿੱਚ ਪ੍ਰਸ਼ਨ ਨੰਬਰ 19 ਹੀਠ ਲਿਖਿਆਂ ਬਾਣੀਆਂ ਵਿੱਚੋਂ ਕਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਨਹੀਂ ਹੈ ਆਪਸ਼ਨ ੳ जाप साहिब प्रश्न नंबर बी ना कोई हिंदू ना कोई मुसलमान ये शब्द किस गुरु साहिब ने कहे ऑप्शन ए डी गुरु नानक देव जी